ਜੋ ਸਿਮਰਨ ਮਾਰਗ ਹੈ ਉਹ ਪ੍ਰੇਮ ਦਾ ਮਾਰਗ ਹੈ ਤੇ ਆਪਾਂ ਸਭ ਜਾਣਦੇ ਹਾਂ ਕਿ ਜੋ ਪ੍ਰੇਮ ਹੈ ਇਹ ਅੰਦਰੋਂ ਪੈਦਾ ਹੁੰਦਾ ਹੈ ਜੇ ਮਾਲਕ ਪੈਦਾ ਕਰਨ ਇਸ ਨੂੰ ਧੱਕੇ ਦੇ ਨਾਲ ਪੈਦਾ ਨਹੀਂ ਕੀਤਾ ਜਾ ਸਕਦਾ ਆਪਾਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਕਿ ਜਦੋਂ ਆਪਾਂ ਧੱਕੇ ਨਾਲ ਪ੍ਰੇਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਲੰਮਾ ਸਮਾਂ ਨਹੀਂ ਚੱਲਦਾ ਕੁਝ ਸਮੇਂ ਬਾਅਦ ਉਹ ਹੀ ਪ੍ਰੇਮ ਫਿੱਕਾ ਪੈ ਜਾਂਦਾ ਹੈ ਫਿਰ ਸੰਸਾਰ ਦੀਆਂ ਤਾਂ ਸਭ ਚੀਜ਼ਾਂ ਹੀ ਨਾਸ਼ਵਾਨ ਹਨ ਮਾਇਆ ਹਨ ਤੇ ਜੇ ਇੱਕ ਨਾਮ ਅਭਿਆਸੀ ਦੀ ਪਰਮਾਤਮਾ ਦੇ ਨਾਲ ਪ੍ਰੇਮ ਦੀ ਗੱਲ ਕਰੀਏ ਤੇ ਮਾਲਕ ਜੇ ਕਿਰਪਾ ਕਰ ਦੇਣ ਤਾਂ ਪ੍ਰੇਮ ਦੇ ਵਿੱਚ ਵਾਧਾ ਪੈਂਦਾ ਹੈ ਪਰ ਸਾਡੇ ਮਨ ਦੇ ਵਿੱਚ ਵੀ ਇੱਛਾ ਤਾਂ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਿਤਾ ਨੂੰ ਵਾਹਿਗੁਰੂ ਨੂੰ ਮਿਲਣਾ ਹੈ ਫਿਰ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਭ ਢੰਗ ਤਰੀਕੇ ਵੀ ਦੱਸੇ ਨੇ ਕਿ ਅਸੀਂ ਜਾਪ ਕਿਵੇਂ ਕਰਨਾ ਹੈ ਗੁਰੂ ਦੀ ਸ਼ਰਨ ਵਿੱਚ ਕਿਵੇਂ ਪੈਣਾ ਹੈ ਆਪਣਾ ਆਪ ਸਮਰਪਿਤ ਕਿਵੇਂ ਕਰਨਾ ਹੈ ਜਿਗਰ ਸ਼ਰਮਾ ਆਪਾਂ ਨੂੰ ਕਮੈਂਟ ਕਰਦੇ ਨੇ ਭਾਈ ਸਾਹਿਬ ਜਿਵੇਂ ਨਾਮ ਜਪ ਕਰਦੀ ਹਾਂ ਪਰ ਪ੍ਰਮਾਤਮਾ ਨੂੰ ਮਿਲਣ ਦੀ ਮਨ ਵਿੱਚ ਇੱਛਾ ਵੀ ਬਹੁਤ ਹੈ ਪਰ ਹੁਣ ਮੈਂ ਡਰਨ ਲੱਗ ਗਈ ਹਾਂ ਮੈਨੂੰ ਕੁੰਡਲੀ ਚੱਕਰਨਾ ਆਦਿ ਤੋਂ ਬਹੁਤ ਡਰ ਲੱਗਦਾ ਹੈ ਮੈਂ ਇਹਨਾਂ ਚੱਕਰਾਂ ਦੇ ਵਿੱਚ ਪੈਣਾ ਨਹੀਂ ਚਾਹੁੰਦੀ ਵਾਹਿਗੁਰੂ ਜੀ ਸਿੱਧਾ ਪ੍ਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ ਬਿਨਾਂ ਕੁੰਡਲਣੀ ਚੱਕਰਾਂ ਤੋਂ ਮਾਰਗਦਰਸ਼ਨ ਕਰੋ ਮੈਂ ਹੁਣ ਨਾਮ ਜਪ ਰੋਕ ਦਿੱਤਾ ਹੈ ਮੈਨੂੰ ਇਹ ਸਭ ਤੋਂ ਡਰ ਲੱਗਦਾ ਹੈ ਮੈਂ ਆਪਣੇ ਮਾਤਾ ਜੀ ਨੂੰ ਵੇਖਿਆ ਹੈ 2007 ਵਿੱਚ ਮੇਰੇ ਮਾਤਾ ਜੀ ਪ੍ਰਮਾਤਮਾ ਦੇ ਦਰਸ਼ਨ ਕਰੇ ਸੀ ਪਰ ਉਹਨਾਂ ਦੀ ਹਾਲਤ ਦੇਖ ਕੇ ਸਭ ਮੇਰੇ ਮਾਤਾ ਜੀ ਨੂੰ ਪਾਗਲ ਕਹਿਣ ਲੱਗ ਗਏ ਸੀ ਜਦ ਕਿ ਮੇਰੇ ਮਾਤਾ ਜੀ ਨੇ ਬੜੀ ਭਗਤੀ ਕੀਤੀ ਤੇ ਉਹਨਾਂ ਦੀ ਆਤਮਾ ਜਦੋਂ ਉੱਪਰ ਜਾਂਦੀ ਸੀ ਤਾਂ ਉਹਨਾਂ ਨੂੰ ਕੰਬਣੀ ਛੱਡਦੀ ਸੀ ਤੇ ਹੱਥ ਪੈਰ ਬਹੁਤ ਜ਼ੋਰ ਦੇ ਨਾਲ ਚੱਲਦੇ ਸੀ ਬਹੁਤ ਡਰ ਜਾਂਦੀ ਸੀ ਸੋ ਅੱਜ ਆਪਣੇ ਕੋਲ ਜੋ ਕਮੈਂਟ ਪਹੁੰਚਾ ਹੈ ਉਹ ਆਪਾਂ ਨੂੰ ਇਹ ਭੈਣ ਜੀ ਦੱਸਦੇ ਨੇ ਕਿ ਇਹਨਾਂ ਨੇ ਨਾਮ ਜਪ ਸ਼ੁਰੂ ਕੀਤਾ ਸੀ ਪਰ ਇਹਨਾਂ ਨੂੰ ਕੁੰਡਲਣੀ ਜਾਗਰਣ ਤੋਂ ਡਰ ਲੱਗਦਾ ਹੈ। ਵਾਹਿਗੁਰੂ ਜੀ ਕੁੰਡਲੀ ਜਾਗਰਣ ਹੈ ਹੀ ਇਸ ਤਰੀਕੇ ਕਿ ਜੇ ਸਾਡਾ ਮਨ ਸਹਿਜ ਦੇ ਵਿੱਚ ਨਹੀਂ ਜੇ ਸਾਡੇ ਨਾਲ ਕੋਈ ਪੂਰਾ ਗੁਰੂ ਨਹੀਂ ਤਾਂ ਬਹੁਤ ਔਕੜਾਂ ਆਉਂਦੀਆਂ ਨੇ। ਸਾਨੂੰ ਇੱਕ ਟੀਚਰ ਦਾ ਜ਼ਰੂਰ ਚਾਹੀਦਾ ਹੈ। ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਅਸੀਂ ਬਿਨਾ ਟੀਚਰ ਤੋਂ ਅੱਗੇ ਚੱਲ ਜਾਾਂਗੇ। ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਤ੍ਰੈਗੁਣ ਮਾਇਆ ਨੂੰ ਛੱਡਣਾ ਕਿਵੇਂ ਹੈ ਜੇ ਕੋਈ ਜੀਵ ਇਹ ਕਵੇ ਕਿ ਕਿਸੇ ਵੀ ਗੁਰੂ ਦੀ ਲੋੜ ਨਹੀਂ ਹੈ ਤਾਂ ਉਹ ਤ੍ਰੈਗੁਣ ਮਾਇਆ ਨੂੰ ਛੱਡ ਕੇ ਵਿਖਾਵੇ ਜਦ ਤੱਕ ਅਸੀਂ ਉਹਨਾਂ ਗੁਰਮਖਾਂ ਦੇ ਨਾਲ ਜਾ ਕੇ ਵਿਚਾਰ ਨਹੀਂ ਕਰਦੇ ਜਿਨ੍ਹਾਂ ਦਾ ਮਿਲਾਪ ਹੋ ਚੁੱਕਾ ਹੈ ਜੋ ਇਸ ਮਾਰਗ ਦੇ ਉੱਤੋਂ ਜਾ ਚੁੱਕੇ ਨੇ ਉਦੋਂ ਤੱਕ ਸਾਨੂੰ ਗਿਆਨ ਨਹੀਂ ਹੁੰਦਾ ਤੇ ਜੋ ਇਹ ਪਿੰਡ ਜੀ ਦੱਸਦੇ ਨੇ ਕਿ 2007 ਦੇ ਵਿੱਚ ਇਹਨਾਂ ਦੀ ਮਾਤਾ ਜੀ ਨੇ ਬੜੀ ਭਗਤੀ ਕੀਤੀ ਹੱਥ ਪੈਰ ਹਲਦੇ ਸੀ ਵਾਹਿਗੁਰੂ ਜੀ ਜਦੋਂ ਸਾਡਾ ਮਨ ਸਹਜ ਦੇ ਵਿੱਚ ਨਹੀਂ ਹੁੰਦਾ ਪਰ ਧਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਫਿਰ ਇਸ ਤਰੀਕੇ ਹੁੰਦਾ ਹੈ ਤੇ ਉਤੋਂ ਦੀ ਅਸੀਂ ਜਦੋਂ ਧਿਆਨ ਗਲਤ ਲਗਾ ਲੈਂਦੇ ਆ ਬਹੁਤੇ ਲੋਕ ਕੀ ਕਰਦੇ ਨੇ ਇਹ ਕੁੰਡਲਣੀ ਚੱਕਰਾਂ ਰਾਹੀਂ ਆਪਣਾ ਭਗਤੀ ਮਾਰਗ ਸ਼ੁਰੂ ਕਰਦੇ ਨੇ ਉਹ ਥੱਲੇ ਦੇ ਪਾਸੇ ਸ਼ੁਰੂ ਹੁੰਦੇ ਨੇ ਨਾਭੀ ਹਾਲ ਦੇ ਪਾਸੇ ਤੇ ਹੌਲੀ-ਹੌਲੀ ਉਹਨਾਂ ਚੱਕਰਾਂ ਨੂੰ ਐਕਟੀਵੇਟ ਕਰਦੇ ਉੱਪਰ ਨੂੰ ਜਾਂਦੇ ਨੇ ਆਪਣੀ ਸੁਰਤੀ ਨੂੰ ਉੱਪਰ ਲੈ ਕੇ ਜਾਂਦੇ ਨੇ ਪਰ ਗੁਰਮਤਿ ਦੇ ਵਿੱਚ ਇੱਕ ਬਹੁਤ ਹੀ ਸੌਖਾ ਤਰੀਕਾ ਦੱਸਿਆ ਹੈ ਕਿ ਤੁਸੀਂ ਆਪਣਾ ਜਾਪ ਕਰੋ ਜੋ ਵੀ ਆਪਣਾ ਗੁਰਮੰਤਰ ਹੈ ਗੁਰਮੰਤਰ ਨੂੰ ਦ੍ਰਿੜ ਕਰਦੇ ਹੋਏ ਵਿਚਾਰਾਂ ਤੋਂ ਰਹਿਤ ਹੁੰਦੇ ਹੋਏ ਅਨਹਦ ਸ਼ਬਦਾਂ ਨੂੰ ਫੜੋ ਤੇ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਦਿੰਦੇ ਹੋਏ ਸਾਹਮਣੇ ਜੋ ਆਪਾਂ ਨੂੰ ਖਾਲੀ ਖਲਾਹ ਹਨੇਰਾ ਦਿਖਾਈ ਦਿੰਦਾ ਹੈ ਸੁੰਨ ਦਿਖਾਈ ਦਿੰਦੀ ਹੈ ਇੱਥੇ ਮੰਦਾ ਆਸਣ ਲਗਾ ਕੇ ਆਪਾਂ ਸੁਣਨਾ ਹੈ ਤੇ ਜਦੋਂ ਆਪਾਂ ਅੱਖਾਂ ਬੰਦ ਕਰ ਲੈਂਦੇ ਹਾਂ ਫਿਰ ਆਪਣੇ ਮਸਤਕ ਵੱਲ ਦੇ ਪਾਸੇ ਉਹ ਸੁੰਨਪਾ ਨੂੰ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਇਸ ਤਰੀਕੇ ਜਾਪ ਕਰਕੇ ਅਨਹਦ ਸ਼ਬਦਾਂ ਨੂੰ ਸੁਣਦੇ ਹਾਂ ਇੱਥੇ ਵੀ ਸੁਖਮਨਾ ਦੇ ਵਿੱਚ ਕੁਝ ਸ਼ੇਕ ਹੁੰਦੇ ਨੇ ਤੇ ਜਦੋਂ ਉਹ ਹੌਲੀ-ਹੌਲੀ ਖੁੱਲਦੇ ਨੇ ਤਾਂ ਉਹਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਸ਼ਬਦ ਪੈਦਾ ਹੁੰਦੇ ਨੇ ਤੇ ਪ੍ਰਕਾਸ਼ ਵੀ ਨਿਕਲਦਾ ਹੈ ਤੇ ਇਹ ਜਦੋਂ ਸ਼ੇਕ ਖੁੱਲਦੇ ਨੇ ਤਾਂ ਇਹਨਾਂ ਸ਼ੇਕਾਂ ਦੇ ਖੁੱਲਣ ਦੇ ਨਾਲ ਜੀਵ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਪਰ ਜੋ ਆਪਣੇ ਥਰਡੇ ਪਾਸੇ ਨਾਭੀ ਹਲ ਦੇ ਪਾਸੇ ਸੁਖਮਨਾ ਦੇ ਵਿੱਚ ਛੇਕ ਨੇ ਤੇ ਜਦੋਂ ਬਹੁਤੇ ਜੀਵ ਜਾਦਾ ਤਨਪੱਖੋ ਜਾ ਕੇ ਭਗਤੀ ਕਰਦੇ ਨੇ ਫਿਰ ਕੁੰਡਲੀ ਜਾਗਰਨ ਦਾ ਚੱਕਰ ਪੈ ਜਾਂਦਾ ਤੇ ਜੀਵ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀ ਕਰੀਏ ਫਿਰ ਹੱਥ ਪੈਰ ਬਹੁਤ ਤੇਜ਼ੀ ਦੇ ਨਾਲ ਹਿਲਦੇ ਨੇ ਜਿਵੇਂ ਕਿ ਕਈ ਲੋਕ ਕਹਿ ਦਿੰਦੇ ਨੇ ਕਿ ਇਸ ਦੇ ਵਿੱਚ ਕੋਈ ਆਤਮਾ ਆ ਕੇ ਵੜ ਗਈ ਕੋਈ ਭੂਤ ਆ ਕੇ ਵੜ ਗਿਆ ਇਸ ਨੂੰ ਪੌਣ ਆ ਗਈ ਜਦ ਕਿ ਅਜਿਹਾ ਕੁਝ ਨਹੀਂ ਹੁੰਦਾ ਸਿਰਫ ਉਸ ਸਰੀਰ ਦਾ ਚੱਕਰਾਂ ਦਾ ਬੈਲੈਂਸ ਬਿਗੜਿਆ ਹੁਣ ਕਰਕੇ ਕਹਿ ਲੋ ਜਾਂ ਉਹਨਾਂ ਦੇ ਵਿੱਚ ਕੁਝ ਨਾ ਕੁਝ ਹਲਚਲ ਹੁੰਦੀ ਹੈ ਸੋ ਆਪਾਂ ਇਹਨਾਂ ਚੱਕਰਾਂ ਦੇ ਵਿੱਚ ਪੈਣਾ ਹੀ ਨਹੀਂ ਆਪਾਂ ਕੀ ਕਰਨਾ ਹੈ ਆਪਾਂ ਸਿਮਰਨ ਤਾਂ ਕਰਨਾ ਹੀ ਹੈ ਹੁਣ ਜੇ ਅਸੀਂ ਇਹ ਸੋਚ ਕੇ ਸਿਮਰਨ ਛੱਡ ਦਿੱਤਾ ਕਿ ਸਾਨੂੰ ਡਰ ਲੱਗਦਾ ਹੈ ਪਰ ਜਦੋਂ ਮਾਲਕ ਨੇ ਇਹਨਾਂ ਸਵਾਸਾਂ ਦਾ ਲੇਖਾ ਲੈਣਾ ਹੈ ਫਿਰ ਅਸੀਂ ਕੀ ਕਵਾਂਗੇ ਤੇ ਮਾਲਕ ਨੇ ਤਾਂ ਕਹਿਣਾ ਹੈ ਕਿ ਭਾਈ ਤੁਸੀਂ ਖੋਜ ਕਰਨੀ ਸੀ ਗੁਰੂ ਦੀ ਤੁਹਾਨੂੰ ਬਾਣੀ ਦਿੱਤੀ ਸੀ ਬਾਣੀ ਪੜਨ ਨੂੰ ਦਿੱਤੀ ਸੀ ਤੁਸੀਂ ਉਸ ਦੀ ਖੋਜ ਕਰਦੇ ਤੁਸੀਂ ਕੋਈ ਆਪਣਾ ਇੱਕ ਟੀਚਰ ਵੀ ਲੱਭ ਲੈਂਦੇ ਜੋ ਤੁਹਾਨੂੰ ਇਸ ਮਾਰਗ ਦੇ ਉੱਤੇ ਤੋਰ ਦਿੰਦਾ ਤੇ ਤਾ ਕਰਕੇ ਅਸੀਂ ਮਾਲਕ ਦਾ ਜੋ ਮਾਲਕ ਨੇ ਸਾਡੇ ਉੱਤੇ ਏਡੀ ਵੱਡੀ ਕਿਰਪਾ ਕੀਤੀ ਹੈ ਮਨੁੱਖ ਜਾਮਾ ਦਿੱਤਾ ਹੈ ਸਵਾਸ ਦਿੱਤੇ ਨੇ ਉਸ ਦਾ ਵੀ ਅਸੀਂ ਪੈ ਰੱਖਣਾ ਹੈ ਅਸੀਂ ਉਸ ਦਾ ਵੀ ਡਰ ਰੱਖਣਾ ਹੈ ਤੇ ਅਸੀਂ ਡਰਨਾ ਨਹੀਂ ਹੈ ਬੜੇ ਹੀ ਪ੍ਰੇਮ ਦੇ ਨਾਲ ਦੇਖੋ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਨਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜੇ ਅਸੀਂ ਪ੍ਰੇਮ ਦੇ ਨਾਲ ਜਾਪ ਕਰਾਂਗੇ ਤੇ ਉਹ ਸਾਡਾ ਪਿਤਾ ਹੈ ਤੇ ਉਹ ਸਾਡੇ ਨਾਲ ਕਿਵੇਂ ਬੁਰਾ ਕਰ ਸਕਦਾ ਹੈ ਕੋਈ ਪਿਤਾ ਆਪਣੇ ਨਾਲ ਅਜਿਹਾ ਕਰੇਗਾ ਕਿ ਕੋਈ ਜੀਵ ਉਸ ਦੀ ਭਗਤੀ ਕਰੇ ਬੱਚਾ ਉਸ ਦਾ ਭਗਤੀ ਕਰੇ ਉਸ ਦਾ ਨਾਮ ਲਵੇ ਤੇ ਉਹ ਪਿਤਾ ਆਪਣੇ ਬੱਚੇ ਨੂੰ ਕਸ਼ਟ ਦੇਵੇ ਅਸੀਂ ਹੀ ਕਈ ਵਾਰੀ ਗਿਆਨ ਤੋਂ ਹੀਨੇ ਹੋ ਜਾਂਦੇ ਹਾਂ ਤਨ ਪੱਖੋਂ ਜਾ ਕੇ ਅਸੀਂ ਭਗਤੀ ਜ਼ਿਆਦਾ ਕਰਦੇ ਹਾਂ ਤਨ ਨੂੰ ਜਗਾ ਕੇ ਰੱਖਦੇ ਹਾਂ ਫਿਰ ਕੁੰਡਲੀ ਜਾਗਰਣ ਅਜੀਹਾ ਚੱਕਰ ਪੈਂਦਾ ਹੈ ਤੇ ਅਸੀਂ ਤਨ ਪੱਖੋਂ ਇੰਨਾ ਨਹੀਂ ਜਾਗਣਾ ਮਨ ਪੱਖੋਂ ਜਾਗਣਾ ਹੈ ਤਨ ਤਾਂ ਆਪਾਂ ਉਸੇ ਵੇਲੇ ਜ਼ੀਰੋ ਲੈਵਲ ਤੇ ਲੈ ਜਾਣਾ ਜਦੋਂ ਆਪਾਂ ਜਾਪ ਕਰਦੇ ਆਂ ਜਾਪ ਕਰਦੇ ਕਰਦੇ ਸਰੀਰ ਸੁਣ ਹੋ ਜਾਂਦਾ ਇੱਕ ਜਗ੍ਹਾ ਖੜ ਜੰਦਾ ਹੱਥ ਪੈਰ ਆਪਣੇ ਹਲਦੇ ਨਹੀਂ ਪਰ ਸਾਡਾ ਮਨ ਜਾਗਰਤ ਅਵਸਥਾ ਵਿੱਚ ਆ ਜਾਂਦਾ ਜਦੋਂ ਤ੍ਰੈਗੁਣ ਮਾਇਆ ਨੂੰ ਛੱਡਦਾ ਆ ਵਿਚਾਰਾਂ ਨੂੰ ਛੱਡਦਾ ਆ ਫਿਰ ਜਾਗਰਤ ਅਵਸਥਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਫਿਰ ਅਸੀਂ ਇਸ ਨੂੰ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਵਾਉਣਾ ਆਪਣੇ ਮਨ ਦਾ ਤੇ ਉਹ ਅਨਹਦ ਸ਼ਬਦ ਹੀ ਇਸ ਨੂੰ ਜਗਾਉਂਦੇ ਨੇ ਸੁੱਤੇ ਹੋਏ ਮਨ ਨੂੰ ਜਗਾਉਂਦੇ ਨੇ ਮਨ ਨੂੰ ਮਨ ਦੀ ਖਰਾਕ ਮਿਲਦੀ ਹੈ ਅੰਮ੍ਰਿਤ ਰਸ ਹੁੰਦਾ ਹੈ ਅੰਮ੍ਰਿਤ ਵਰਖਾ ਵੀ ਹੁੰਦੀ ਹੈ ਬਹੁਤ ਤਰ੍ਹਾਂ ਦੇ ਆਨੰਦਮਈ ਸ਼ਬਦ ਸੁਣਾਈ ਦਿੰਦੇ ਨੇ ਜੋ ਮਨ ਨੂੰ ਟਿਕਾਉਣ ਦੇ ਵਿੱਚ ਮਦਦ ਕਰਦੇ ਨੇ ਤੁਹਾਨੂੰ ਗੁਰਮਖੰਦ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਵੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਕੋਲ ਗੁਰਮੁਖ ਪਿਆਰੇ ਨੇ ਜੋ ਸੱਚ ਦਾ ਰਾਹ ਦੱਸਦੇ ਨੇ ਸੱਚ ਦੇ ਮਲਾਪ ਦੀਆਂ ਗੱਲਾਂ ਕਰਦੇ ਨੇ ਨਾਮ ਦਾ ਭੇਦ ਦਿੰਦੇ ਨੇ ਇੱਕ ਅਕਾਲ ਪੁਰਖ ਨਾਲ ਜੋੜਦੇ ਨੇ ਉਹਨਾਂ ਹੀ ਗੁਰਮਖਾਂ ਦੀ ਸੰਗਤ ਕਰਨੀ ਹੈ ਹੋਰ ਕਿਸੇ ਵੀ ਗੁਰਮਖਾਂ ਦੀ ਸੰਗਤ ਨਹੀਂ ਕਰਨੀ ਜੋ ਆਪਣੇ ਤਨ ਨਾਲ ਜੋੜਦੇ ਨੇ ਜਾਂ ਦੁਨਿਆਵੀ ਕਿਸੇ ਸੇਵਾ ਤੇ ਲਗਾਉਂਦੇ ਨੇ ਆਪਣੇ ਸੰਸਾਰ ਦੇ ਵਿੱਚ ਅਜਿਹੇ ਬਹੁਤ ਅਨਾਰੀ ਸੰਤ ਨੇ ਤੇ ਜਦੋਂ ਅਸੀਂ ਗੁਰਮੁਖ ਪਿਆਰਿਆਂ ਦੀ ਖੋਜ ਕਰਦੇ ਹਾਂ ਫਿਰ ਮਾਲਕ ਬੜੀ ਜਲਦੀ ਕਿਰਪਾ ਕਰਦੇ ਨੇ ਸਾਨੂੰ ਸੰਗਤ ਬਖਸ਼ ਦਿੰਦੇ ਨੇ ਤੇ ਜਦੋਂ ਕੋਈ ਜੀਵ ਸਹੀ ਤਰੀਕੇ ਦੇ ਨਾਲ ਆਪਣਾ ਧਿਆਨ ਸਿਮਰਨ ਕਰਦਾ ਹੈ ਫਿਰ ਅਜਿਹਾ ਕੋਈ ਵੀ ਚੱਕਰ ਨਹੀਂ ਪੈਂਦਾ ਕਿ ਸਰੀਰ ਹਿੱਲਦਾ ਹੈ ਬੜੇ ਜ਼ੋਰ ਦੇ ਨਾਲ ਕਿ ਦੂਸਰਾ ਜੀਵ ਡਰ ਜਾਵੇ ਅਸੀਂ ਬੜੇ ਹੀ ਸਹਜ ਦੇ ਵਿੱਚ ਆਪਣੀ ਭਗਤੀ ਸ਼ੁਰੂ ਕਰਨੀ ਹੈ ਬਸ ਪਹਿਲਾਂ ਅਸੀਂ ਆਪਣੇ ਵਿਚਾਰਾਂ ਨੂੰ ਖਤਮ ਕਰਨਾ ਹੈ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਿਮਰਨ ਵੀ ਕਰਦੇ ਆ ਗੁਰਬਾਣੀ ਵੀ ਪੜ੍ਹਦੇ ਆ ਤਾਂ ਤਨ ਤੱਕਰ ਸੀਮਤ ਰਹਿਨੇ ਆ ਮਨ ਤੱਕਰ ਨਾ ਅਸੀਂ ਗੁਰਬਾਣੀ ਦੇ ਸ਼ਬਦ ਪਹੁੰਚਣ ਦਿੰਨੇ ਆ ਤੇ ਨਾ ਹੀ ਅਸੀਂ ਉਹ ਕੰਮ ਕਰਦੇ ਆ ਜੋ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਹੁਣ ਗੁਰਬਾਣੀ ਦੇ ਵਿੱਚ ਪਾ ਨੂੰ ਕਿੰਨੀ ਵਾਰੀ ਸਮਝਾਇਆ ਹੈ ਕਿ ਆਪਣੇ ਮਨ ਦਾ ਸਹਿਜ ਬਣਾ ਕੇ ਅਨਹਦ ਸ਼ਬਦਾਂ ਨੂੰ ਸੁਣੋ ਫਿਰ ਤੁਹਾਡੀ ਭਗਤੀ ਸ਼ੁਰੂ ਹੋਵੇਗੀ ਉਸ ਭਗਤੀ ਤੋਂ ਖੁਸ਼ ਹੋ ਕੇ ਮਾਲਕ ਤੁਹਾਨੂੰ ਦਰਸ਼ਨ ਦੇਣਗੇ ਮਾਲਕ ਤੁਹਾਨੂੰ ਆਪਣੀ ਆਵਾਜ਼ ਸੁਣਾਉਣਗੇ ਅਸੀਂ ਕਿਸੇ ਹੋਰ ਜੀਵ ਵੱਲ ਦੇਖ ਕੇ ਡਰਨਾ ਨਹੀਂ ਹੈ ਬਸ ਆਪਣਾ ਭਗਤੀ ਮਾਰਗ ਸ਼ੁਰੂ ਕਰਨਾ ਹੈ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਕੋਈ ਵੀ ਜਲਦਬਾਜ਼ੀ ਜਾਂ ਜ਼ੋਰ ਨਹੀਂ ਦਿਖਾਉਣਾ ਬਸ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਸਾਡਾ ਮਨ ਵਿਚਾਰਾਂ ਦੇ ਵਿੱਚ ਸੁੱਤਾ ਹੋਇਆ ਹੈ ਤਨ ਨੂੰ ਅਸੀਂ ਲੈ ਕੇ ਨਹੀਂ ਚੱਲਣਾ ਅਸੀਂ ਮਨ ਨੂੰ ਲੈ ਕੇ ਚੱਲਣਾ ਹੈ ਜਿੰਨੀ ਵੀ ਗੁਰਬਾਣੀ ਹੈ ਉਹ ਸਭ ਮਨ ਦੀ ਤਾਂ ਗੱਲ ਕਰ ਰਹੀ ਹੈ ਤੇ ਇਹ ਸਾਡੀ ਮਾੜੀ ਕਿਸਮਤ ਹੈ ਕਿ ਅਸੀਂ ਤਨ ਨੂੰ ਲੈ ਕੇ ਅੱਗੇ ਜਾ ਰਹੇ ਹਾਂ ਤਨ ਤੱਕਰ ਹੀ ਸੀਮਤ ਹਾਂ ਅਸੀਂ ਮਾਲਕ ਨੂੰ ਬੇਨਤੀ ਕਰਨੀ ਹੈ ਕਿ ਸਾਨੂੰ ਵੀ ਕੋਈ ਸਿਮਰਨ ਕਰਨ ਦਾ ਰਾਹ ਦੱਸੋ ਸਾਨੂੰ ਵੀ ਅਨਹਦ ਸ਼ਬਦਾ ਨੂੰ ਸੁਣਨ ਦਾ ਕੋਈ ਯੁਗਤ ਦੱਸੋ ਸਾਨੂੰ ਵੀ ਸੱਚੀ ਸੰਗਤ ਬਖਸ਼ੋ ਅਸੀਂ ਵੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਬਸ ਰੋਜ਼ਾਨਾ ਜਿੰਨਾ ਵੀ ਸਮਾਂ ਆਪ ਬੈਠ ਕੇ ਜਾਪ ਕਰ ਸਕਦੇ ਹੋ ਓਨਾ ਸਮਾਂ ਬੈਠ ਕੇ ਜਾਪ ਕਰੋ ਜੇ ਤੁਹਾਡੇ ਵਿਚਾਰ ਘਟਨੇ ਤਾਂ ਉੱਚੀ ਬੋਲਣ ਦੀ ਕੋਈ ਲੋੜ ਨਹੀਂ ਫਿਰ ਤੁਸੀਂ ਇਸ ਤਰੀਕੇ ਸਿਮਰਨ ਕਰ ਸਕਦੇ ਹੋ ਵਾਹ ਗੁਰੂ ਵਾਹ ਗੁਰੂ ਦਿਨ ਸਮੇਂ ਇਸ ਤਰ੍ਹਾਂ ਜਾਪ ਕਰ ਲਓ ਜਦੋਂ ਰਾਤ ਨੂੰ ਸੌਣ ਲੱਗਣਾ ਹੈ ਫਿਰ ਲੰਬਾ ਲੰਬਾ ਕਰ ਲਓ ਵਾਹ ਗੁਰੂ ਵਾਹ ਗੁਰੂ ਇਹ ਜੋ ਜਾਪ ਹੈ ਮਨ ਨੂੰ ਸਹਜ ਦੇ ਵਿੱਚ ਲਿਜਾਣ ਲਈ ਬਹੁਤ ਮਦਦ ਕਰਦਾ ਹੈ ਤੇ ਅਸੀਂ ਹਰ ਰੋਜ਼ ਇਸੇ ਤਰੀਕੇ ਜਾਪ ਕਰਕੇ ਸਹਜ ਦੇ ਵਿੱਚ ਜਾਣਾ ਹੈ ਨੀਂਦ ਦੇ ਵਿੱਚ ਜਾਣਾ ਹੈ ਨੀਂਦ ਦੇ ਵਿੱਚ ਜਾਣ ਸਮੇ ਅਸੀਂ ਸਰੀਰ ਨੂੰ ਢਿੱਲਾ ਛੱਡ ਕੇ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਰੱਖਣਾ ਹੈ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਆਪ ਮਸਤਕ ਵੱਲ ਦੇ ਪਾਸੇ ਅਨਹਦ ਸ਼ਬਦਾਂ ਨੂੰ ਸੁਣੋ ਨਾਭੀ ਵੱਲ ਦੇ ਪਾਸੇ ਧਿਆਨ ਨਾਲ ਲਗਾਓ ਫਿਰ ਕੋਈ ਵੀ ਕੁੰਡਲੀ ਜਾਗਰਣ ਨਹੀਂ ਹੋਵੇਗਾ ਸਾਡੇ ਸੁਖਮਨਾ ਨਾੜ ਦੇ ਦੋ sire ਨੇ ਇੱਕ ਸਿਰਾ ਜੋ ਹੈ ਉਹ ਨਾਭੀ ਤੇ ਹੈ ਦੂਸਰਾ ਮਸਤਕ ਵਾਲ ਦੇ ਪਾਸੇ ਹੈ ਕਈ ਜੀਵ ਹੁੰਦੇ ਨੇ ਉਹ ਥਲੜੇ ਰਸਤੇ ਥਾਣੀ ਜਾਂਦੇ ਨੇ ਨਾਭੀ ਮਲ ਦੇ ਪਾਸੇ ਤੇ ਗੁਰਮਤ ਦੇ ਵਿੱਚ ਆਪਾਂ ਨੂੰ ਇਸ ਜੋ ਆਸਾਨ ਵਿਧੀ ਦੱਸੀ ਹੈ ਉਹ ਮਸਤਕ ਵਾਲ ਦੇ ਪਾਸੇ ਹੈ ਜਿੱਥੇ ਦਸਮ ਦੀਵਾਰ ਹੈ ਇੱਥੇ ਮਨ ਬਹੁਤ ਜਲਦੀ ਸਹਜ ਵਿੱਚ ਆਉਂਦਾ ਹੈ ਆਪ ਇਸੇ ਤਰੀਕੇ ਪਿਆਰ ਦੇ ਨਾਲ ਜਾਪ ਕਰਨਾ ਸ਼ੁਰੂ ਕਰੋ ਮਾਲਕ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ